ਹਾਂਜੀ ਬੇਟਾ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਤੁਹਾਡੇ ਆਪਣੀ ਇਸ ਐਜੂਕੇਸ਼ਨਲ YouTube ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਬੇਟਾ ਆਪਾਂ ਜਮਾਤ 7ਵੀਂ ਦੇ ਲਈ ਸਮਾਜਿਕ ਵਿਗਿਆਨ ਦਾ ਸਤੰਬਰ ਪ੍ਰੀਖਿਆ ਲਈ ਇੱਕ ਸੈਂਪਲ ਪੇਪਰ ਹੱਲ ਕਰਾਂਗੇ ਬੇਟਾ ਤੁਹਾਡੇ ਲਈ ਠੀਕ ਹੈ ਇਸ ਤੋਂ ਤੁਹਾਨੂੰ ਇਹ ਅੰਦਾਜ਼ਾ ਹੋ ਜਾਏਗਾ ਵੀ ਜਿਹੜਾ ਤੁਹਾਡਾ ਸਤੰਬਰ ਪੇਪਰ ਹੋਏਗਾ ਉਹਦੇ ਵਿੱਚ ਕਿਸ ਤਰੀਕੇ ਦੇ ਜਿਹੜੇ ਕੁਐਸਚਨ ਹੈਗੇ ਤੁਹਾਨੂੰ ਪੁੱਛੇ ਜਾਣਗੇ ਕਿੰਨੇ ਨੰਬਰ ਦਾ ਪੇਪਰ ਹੋਏਗਾ ਤਾਂ ਪੇਪਰ 80 ਨੰਬਰ ਦਾ ਹੋਏਗਾ ਤੇ ਇਸ ਪੇਪਰ ਦੇ ਬੇਟਾ ਤੁਹਾਡੇ ਕੋਲ 6 ਭਾਗ ਹੋਣਗੇ 3 ਘੰਟੇ ਇਹਨਾਂ ਪੇਪਰ ਨੂੰ ਹੱਲ ਕਰਨ ਦੇ ਲਈ ਤੁਹਾਡੇ ਕੋਲ ਹੋਣਗੇ ਸਭ ਤੋਂ ਪਹਿਲਾਂ ਬੇਟਾ ਭਾਗ ਊੜੇ ਦੇ ਵਿੱਚ ਵੀ ਆਪਣੇ ਕੋਲ 16 ਐਮਸੀਕਿਊਜ਼ ਕੁਐਸਚਨ ਹੋਣੇ ਨੇ ਬਹੁ ਵਿਕਲਪੀ ਪ੍ਰਸ਼ਨ ਹੋਣੇ ਨੇ ਜਿਦੇ ਵਿੱਚ ਤੁਹਾਨੂੰ ਹਰ ਇੱਕ ਪ੍ਰਸ਼ਨ ਦਾ ਇੱਕ ਨੰਬਰ ਮਿਲੇਗਾ ਤਾਂ ਪਹਿਲਾ ਪ੍ਰਸ਼ਨ ਦੇਖੋ ਕੀ ਹੈ ਧਰਤੀ ਦੀ ਸਭ ਤੋਂ ਉੱਪਰਲੀ ਪਰਤ ਜਿਸ ਨੂੰ ਸਰੀਆਲ ਕਿਹਾ ਜਾਂਦਾ ਹੈਗਾ ਇਸ ਵਿੱਚ ਕਿਹੜੇ-ਕਿਹੜੇ ਤੱਤ ਪੈਂਦੇ ਨੇ ਜਿਹੜੀ ਸਿਆਲ ਪਰਤਾ ਪੁੱਤ ਉਹਦੇ ਵਿੱਚ ਦੋ ਪ੍ਰਕਾਰ ਦੇ ਤੱਤ ਪੈਂਦੇ ਨੇ ਵੀ ਸਿਲੀਕੋਨ ਤੇ ਐਲੂਮੀਨੀਅਮ ਸੀਮਾ ਦੇ ਵਿੱਚ ਵੀ ਸਿਲੀਕੋਨ ਤੇ ਮੈਗਨੀਸ਼ੀਅਮ ਠੀਕ ਹੈ ਜਿਹੜੀ ਨਿਫਰਤ ਹੈਗੀ ਨਾਈਫ ਉਹਦੇ ਵਿੱਚ ਨਿਕਲ ਤੇ ਲੋਹਾ ਇਹ ਤੁਸੀਂ ਧਿਆਨ ਰੱਖਿਓ 99% ਹਵਾ ਧਰਤੀ ਦੇ ਕਿੰਨੇ ਕਿਲੋਮੀਟਰ ਦੇ ਘੇਰੇ ਚ ਪਾਈ ਜਾਂਦੀ ਪੁੱਤ 32 ਕਿਲੋਮੀਟਰ ਦੇ ਘੇਰੇ ਚ ਪਾਈ ਜਾਂਦੀ ਹੈ ਵੀ ਭੌਂ ਖੁਰਨਿਕ ਸਮੱਸਿਆ ਹੈ ਦਰਖਤਾਂ ਦੀ ਅਨੇਵਾ ਕਟਾਈ ਕਰਨੇ ਸਮੱਸਿਆ ਹੋਰ ਗੰਭੀਰ ਹੋ ਗਈ ਦਰਖਤਾਂ ਦੀ ਕਟਾਈ ਤੋਂ ਇਲਾਵਾ ਹੋਰ ਕਿਹੜੇ ਕਾਰਨ ਨੇ ਗੈਰ ਵਿਗਿਆਨਿਕ ਢੰਗ ਨਾਲ ਖੇਤੀ ਕਰਨਾ ਹੱਦੋਬੱਦ ਪਸ਼ੂ ਚਰਾਇ ਕਰਨਾ ਤੇਜ ਵਰਖਾ ਅਪਰੋਕਤ ਸਾਰੇ ਅਗਲਾ ਪ੍ਰਸ਼ਨ ਦੇਖੋ ਸਾਡਾ ਵਾਯੂ ਮੰਡਲ ਵੱਖ-ਵੱਖ ਗੈਸਾਂ ਨਾਲ ਬਣਿਆਗਾ ਪਰ ਇਸ ਵਿੱਚ ਸਾਰੀਆਂ ਗੈਸਾਂ ਬਰਾਬਰ ਮਾਤਰਾ ਵਿੱਚ ਨਹੀਂ 21.99% ਕਿਹੜੀ ਗੈਸ ਹੈ ਵੀ ਆਕਸੀਜਨ ਬਿਜਲੀ ਦਾ ਚਮਕਣਾ ਬੱਦਲਾਂ ਦੇ ਗਰਜਣ ਦੀਆਂ ਘਟਨਾਵਾਂ ਕਿਹੜੇ ਮੰਡਲ 'ਚ ਹੁੰਦੀਆਂ ਨੇ ਪੁੱਤਾਂ ਅਸ਼ਾਂਤੀ ਮੰਡਲ 'ਚ ਹੁੰਦੀਆਂ ਨੇ ਕਿਸ ਚੀਨੀ ਯਾਤਰੀ ਦੀ ਯਾਤਰਾ ਤੋਂ ਬਾਅਦ ਭਾਰਤ ਨੂੰ ਇੰਟੂ ਕਿਹਾ ਗਿਆ ਵੀ ਹਿਊਨ ਸੰਗ ਹੇਠ ਲਿਖਿਆਂ ਵਿੱਚੋਂ ਕਿਸ ਸਥਾਨ ਤੇ ਮਹਿਮੂਦ ਗਜਨਵੀ ਨੇ ਹਮਲਾ ਨਹੀਂ ਕੀਤਾ ਬਤ ਤੋ ਤਰਾਇਨ ਉਗੀ ਤਰਾਇਨ ਦੀ ਲੜਾਈ ਕਿਨੇ ਜੜੀ ਸੀ ਮੁਹੰਮਦ ਗੋਰੀ ਨੇ ਮਹਾਬੁਲੀਪੁਰਮ ਵਿਖੇ ਸ਼ੋਰ ਮੰਦਰ ਤੇ ਰਥ ਮੰਦਰ ਕਿਹੜੇ ਵੰਛ ਦੇ ਸ਼ਾਸਕਾਂ ਨੇ ਬਣਵਾਏ ਸੀ ਬੇਟਾ ਪੱਲਵ ਵੰਸ਼ ਦੇ ਰਾਜਿਆਂ ਨੇ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਹਿਰ ਫਿਰੋਜ਼ ਸ਼ਾ ਤੁਗਲਕ ਨੇ ਬਸਾਇਆ ਸੀ ਫਿਰੋਜ਼ਾਬਾਦ ਮੁਗਲ ਬਾਦਸ਼ਾਹ ਜਾਂ ਮੁਗਲ ਸਾਮਰਾਜ ਦਾ ਪਹਿਲਾ ਬਾਦਸ਼ਾਹ ਜਾਂ ਸ਼ਾਸਕ ਕੌਣ ਸੀ ਬੇਟਾ ਬਾਬਰ ਕੁਤਬ ਮੀਨਾਰ ਦੀ ਉਚਾਈ 70 ਮੀਟਰ ਹੈ ਇਹਦੀਆਂ 5 ਮੰਜ਼ਲਾਂ ਨੇ ਇਹਦੇ ਉਸਾਰੀ ਕਿੰਨੇ ਸ਼ੁਰੂ ਕਰਾਈ ਸੀ ਪੁੱਤ ਕੁਤਬਉਦੀਨ ਐਬਕ ਨੇ ਲੋਕਤੰਤਰੀ ਸਰਕਾਰ ਲੋਕਾਂ ਦੀ ਲੋਕਾਂ ਲਈ ਲੋਕਾਂ ਦੁਆਰਾ ਹੈ ਇਹ ਕਥਨ ਕਿਹਦੇ ਨੇ ਪੁੱਤ ਇਬਰਾਹਿਮ ਲਿੰਕਨ ਦੇ ਨੇ ਆਧੁਨਿਕ ਯੁੱਗ ਵਿੱਚ ਕਿਸ ਸਰਕਾਰ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਪੁੱਤ ਲੋਕਤੰਤਰੀ ਸਰਕਾਰ ਨੂੰ ਭਾਰਤ ਵਿੱਚ ਬਾਲਗ ਹੋਣ ਦੀ ਉਮਰ ਕਿੰਨੀ ਹੈ ਵੀ 18 ਸਾਲ ਅਗਲਾ ਪ੍ਰਸ਼ਨ ਲੋਕ ਸਭਾ ਦੇ ਮੈਂਬਰਾਂ ਦੀ ਚੋਣ ਕਿੰਨੇ ਸਾਲ ਲਈ ਕੀਤੀ ਜਾਂਦੀ ਹੈ ਪੁੱਤ 5 ਸਾਲ ਲਈ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੀ ਸਥਾਪਨਾ ਕਦੋਂ ਹੋਈ 1885 ਦੇ ਵਿੱਚ ਇਹਦੀ ਸਥਾਪਨਾ ਹੋਈ ਸੀ ਏ ਉਹ ਹਿਊਮ ਨੇ ਇਹਦੀ ਸਥਾਪਨਾ ਕੀਤੀ ਸੀ ਨੈਕਸਟ ਆ ਜੋ ਵੀ ਆਪਣੇ ਕੋਲ 12 ਕੁਐਸਚਨ ਨੇ ਬੇਟਾ ਭਾਗ ਆੜੇ ਦੇ ਵਿੱਚ ਬਸਟੋਨਿਸਟ ਪ੍ਰਸ਼ਨ ਨੇ ਵਾਤਾਵਰਨ ਨੂੰ ਕਿੰਨੇ ਮੰਡਲਾਂ ਚ ਵੰਡਿਆ ਜਾਂਦਾ ਪੁੱਤ ਚਾਰ ਮੰਡਲਾਂ ਚ ਧਰਤੀ ਦੇ ਕਿੰਨੇ ਖੋਲ ਨੇ ਵੀ ਤਿੰਨ ਖੋਲ ਨੇ ਨਾਮ ਤੁਸੀਂ ਲਿਖ ਸਕਦੇ ਹੋਗੇ ਸਿਆਲ ਸੀਮਾ ਤੇ ਨਾਈਫ ਸਿਆਲ ਸੀਮਾ ਤੇ ਨਾਈਫ ਵਾਯੂ ਮੰਡਲ ਦੀਆਂ ਤਿਹਾਂ ਦੇ ਨਾਮ ਦੱਸੋ ਵੀ ਇਹ ਲਿਖ ਸਕਦੇ ਹਾਂ ਸ਼ਾਂਤੀ ਮੰਡਲ ਸਮਤਾਪ ਮੰਡਲ ਬਾਰੀ ਮੰਡਲ ਜਤਾਪ ਮੰਡਲ ਵਾਯੂ ਮੰਡਲ ਕਿਸ ਨੂੰ ਕਹਿੰਦੇ ਨੇ ਵੀ ਇਹ ਲਿਖ ਸਕਦੇ ਹਾਂ ਧਰਤੀ ਦੇ ਆਲੇ-ਦੁਆਲੇ ਹਵਾ ਦਾ ਇੱਕ ਗਲਾਫ ਹੈ ਇਸ ਹਵਾ ਦੇ ਗਲਾਫ ਨੂੰ ਆਪਾਂ ਕੀ ਕਹਿੰਨੇ ਪੁੱਤ ਬਾਯੂ ਮੰਡਲ ਮੇਹਰਪੂਜ ਡੈਸ਼ ਵੰਸ਼ ਦਾ ਸ਼ਕਤੀਸ਼ਾਲੀ ਸ਼ਾਸਕ ਸੀ ਕਿਹੜੇ ਵੰਸ਼ ਦਾ ਪੁੱਤ ਪ੍ਰਤੀਹਾਰ ਵੰਸ਼ ਦਾ ਗੁਰਜਰ ਪ੍ਰਤੀਹਾਰ ਵੰਸ਼ ਦਾ ਮੁਦਰਾਏ ਚੋਲ ਸ਼ਾਸਕਾਂ ਦੀ ਰਾਜਧਾਨੀ ਸੀ ਸਈਅਬਤੇ ਨੇ ਗਲਤ ਉੱਤਰੀ ਭਾਰਤ ਦੇ ਪ੍ਰਮੁੱਖ ਮੰਦਰ ਕਿਹੜੇ ਨੇ ਹਾਂਜੀ ਕਿਹੜੇ-ਕਿਹੜੇ ਨੇ ਬਟਾ ਇਹਦੇ ਵਿੱਚ ਪਹਿਲਾਂ ਲਿਖੋਗੇ ਵੀ ਜਗਨਨਾਥਪੁਰੀ ਦੇ ਵਿੱਚ ਵਿਸ਼ਨੂ ਮੰਦਰ ਕੋਨਾਰਕ ਦੇ ਵਿੱਚ ਸੂਰਜ ਮੰਦਰ ਭੁਵਨੇਸ਼ਵਰ ਵਿੱਚ ਲਿੰਗਰਾਜ ਮੰਦਰ ਠੀਕ ਜਗਨਨਾਥ ਵਿਸ਼ਨੂ ਮੰਦਰ ਕੋਨਾਰਕ ਚ ਸੂਰਜ ਮੰਦਰ ਭੁਵਨੇਸ਼ਵਰ ਚ ਲਿੰਗਰਾਜ ਮੰਦਰ ਅੰਮ੍ਰਿਤਸਰ ਸਾਹਿਬ ਦੀ ਨੀ ਕਿਸ ਗੁਰੂ ਸਾਹਿਬਾਂ ਨੇ ਰੱਖੀ ਸੀ ਹਾਂਜੀ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ ਰੱਖੀ ਸੀ ਵੀ ਕਦੋਂ ਰੱਖੀ ਸੀ ਪੁੱਤ 1570 ਦੇ ਵਿੱਚ ਡੈਸ਼ ਅਜਿਹਾ ਦੇਸ਼ ਹੈ ਜਿੱਥੇ ਸਿੱਧਾ ਲੋਕਤੰਤਰ ਹੈ ਹਾਂਜੀ ਬੇਟਾ ਕੀ ਹੈ ਵੀ ਉਸ ਦੇਸ਼ ਦਾ ਨਾਮ ਉਸ ਦੇਸ਼ ਦਾ ਨਾਮ ਹੈਗਾ ਸਵਿਟਜ਼ਰਲੈਂਡ ਠੀਕ ਲੋਕਤੰਤਰ ਸਰਕਾਰ ਤੋਂ ਤੁਹਾਡਾ ਕੀ ਭਾਵ ਹੈ ਹਾਂਜੀ ਬੇਟਾ ਲੋਕਤੰਤਰ ਸਰਕਾਰ ਤੋਂ ਭਾਵ ਹੈ ਲੋਕਾਂ ਦੀ ਸਰਕਾਰ ਜਿੱਦੇ ਵਿੱਚ ਲੋਕ ਖੁਦ ਆਪਣੀ ਸਰਕਾਰ ਦੀ ਚੋਣ ਨਿਸ਼ਚਿਤ ਸਮੇਂ ਲਈ ਕਰਦੇ ਨੇ ਭਾਰਤ ਵਿੱਚ ਵੋਟ ਪਾਉਣ ਦਾ ਅਧਿਕਾਰ ਕਿਸ ਨੂੰ ਹੁੰਦਾ ਹੈ ਵੀ ਜਿਹੜਾ ਵਿਅਕਤੀ ਬਾਲ ਲਗਿਆ ਜਿਸ ਦੀ ਉਮਰ 18 ਸਾਲ ਜਾਂ 18 ਸਾਲ ਤੋਂ ਵੱਧ ਹੈ ਵਿਰੋਧੀ ਦਲ ਸੰਸਦ ਵਿੱਚ ਸਰਕਾਰ ਦੀ ਲੋਚਨਾ ਹੀ ਨਹੀਂ ਕਰਦਾ ਸਗੋ ਲੋਕ ਰਾਏ ਵੀ ਬਣਾਉਣਾ ਹੈਗਾ ਹਾਂਜੀ ਬੇਟਾ ਬਿਲਕੁਲ ਸਹੀ ਹੈ ਵੀ ਛੋਟੇ ਉਤਰਾਂ ਵਾਲੇ ਪ੍ਰਸ਼ਨ ਨੇ ਦੋ ਦੋਨ ਕਾ ਵੜੀ ਸਕਰੀਨਸ਼ਾਟ ਲੈ ਲਿਓ ਇਹਦਾ ਧਰਤੀ ਦੇ ਮੈਂਟਲ ਭਾਗ ਬਾਰੇ ਲਿਖੋ ਠੀਕ ਹੈ ਇਹਦੇ ਵਿੱਚ ਲਿਖੋਗੇ ਦੂਜਾ ਭਾਗ ਹੈਗਾ ਇਹਨੂੰ ਸੀਮਾ ਬੋਲਦੇ ਨੇ ਠੀਕ ਹੈ ਇਸ ਦੇ ਵਿੱਚ ਸਿਲੀਕੋਨ ਤੇ ਮੈਗਨੀਸ਼ੀਅਮ ਇਹਦੇ ਤੱਤ ਨੇ ਉਹ ਪਾਈ ਜਾਂਦੇ ਨੇ ਮਨੁੱਖ ਵਾਤਾਵਰਨ ਨੂੰ ਕਿਵੇਂ ਪ੍ਰਭਾਵਿਤ ਕਰ ਰਹੇ ਵੀ ਜੰਗਲਾਂ ਨੂੰ ਕੱਟ ਕੇ ਨਦੀਆਂ ਉੱਤੇ ਬੰਨ ਬਣਾ ਕੇ ਠੀਕ ਹੈ ਉਹ ਆਪਣਾ ਵਾਤਾਵਰਨ ਨੂੰ ਪ੍ਰਭਾਵਿਤ ਕਰ ਰਿਹਾ ਹੈਗਾ ਮਹਿਮੂਦ ਗਜਨਵੀ ਨੇ ਭਾਰਤ 'ਤੇ ਹਮਲਾ ਕਿਉਂ ਕੀਤਾ ਸੀ ਕਿਉਂਕਿ ਮਹਿਮੂਦ ਗਜਨਵੀ ਇੱਕ ਵਿਸ਼ਾਲ ਸੈਨਾ ਤੇ ਸਾਮਰਾਜ ਬਣਾਉਣਾ ਚਾਹੁੰਦਾ ਸੀ ਇਸੇ ਲਈ ਉਸ ਨੇ ਧਨ ਦੀ ਪ੍ਰਾਪਤੀ ਲਈ ਭਾਰਤ ਉੱਤੇ ਹਮਲੇ ਕੀਤੇ ਠੀਕ ਹੈ ਮੁਗਲਾਂ ਦੀ ਭੂਮੀ ਲਗਾਨ ਪ੍ਰਣਾਲੀ ਤੋਂ ਕੀ ਭਾਵ ਹੈ ਇਹ ਕੁਐਸਚਨ ਤੁਸੀਂ ਕਰ ਲਿਓ ਪੁੱਤ ਸੌਖੇ ਹੈਗੇ ਸਕਰੀਨਸ਼ਾਟ ਲੈ ਲਿਓ ਇਸ ਤੋਂ ਬਾਅਦ ਵੱਡੇ ਕੁਐਸਚਨ ਨੇ ਆਪਣੇ ਕੋਲ ਠੀਕ ਹੈ ਚੌਥਾ ਹੈਗਾ ਇਸ ਤੋਂ ਬਾਅਦ ਆਪਣੇ ਕੋਲ ਵੀ ਸਰੋਤ ਅਧਾਰਿਤ ਪ੍ਰਸ਼ਨ ਫਰੀਦੇ ਦਾ 10 ਨੰਬਰ ਨੇੜੇ ਆਪਣੇ ਕੋਲ ਇਹਦੇ ਵਿੱਚ ਤੁਸੀਂ ਕੀ ਕਰਨਾ ਵੀ ਧਿਆਨ ਨਾਲ ਪੈਰੀ ਨੂੰ ਪੜ੍ਹਨਾਗਾ ਫਿਰ ਪ੍ਰਸ਼ਨਾਂ ਦੇ ਉੱਤਰ ਦੇਣੇ ਨੇ ਚਲੋ ਪਹਿਲਾ ਗਾ ਦੁਪਹਿਰ ਦਾ ਭੋਜਨ ਪ੍ਰੋਗਰਾਮ ਕੀ ਹੈ ਹਾਂਜੀ ਕੀ ਹੈ ਵੀ ਤਾਂ ਇਹਦੇ ਵਿੱਚ ਕੀ ਹੈ ਇਸ ਯੋਜਨਾ ਅਨੁਸਾਰ ਸਰਕਾਰੀ ਐਲੀਮੈਂਟਰੀ ਸਕੂਲਾਂ ਵਿੱਚ ਬੱਚਿਆਂ ਨੂੰ ਪਕਾਇਆ ਹੋਇਆ ਦੁਪਹਿਰ ਦਾ ਭੋਜਨ ਪ੍ਰਦਾਨ ਕਰਨਾ ਦੂਸਰਾ ਕਿਹੜਾ ਰਾਜ ਬੱਚਿਆਂ ਲਈ ਦੁਪਹਿਰ ਦਾ ਖਾਣਾ ਸ਼ੁਰੂ ਕਰਨ ਵਾਲਾ ਪਹਿਲਾ ਰਾਜ ਸੀ ਹਾਂਜੀ ਕਿਹੜਾ ਸੀ ਪੁੱਤਾਂ ਤਾਮਿਲਨਾਡੂ ਦੂਜੇ ਪ੍ਰਸ਼ਨ ਦਾ ਉੱਤਰ ਤੀਸਰਾ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਦੁਪਹਿਰ ਦਾ ਖਾਣਾ ਸਕੀਮ ਦੇ ਕੀ ਫਾਇਦੇ ਹੋਏ ਹਾਂਜੀ ਬੇਟਾ ਇਹਦੇ ਨਾਲ ਕੀ ਫਾਇਦੇ ਹੋਈ ਵੀ ਇਹਦੇ ਨਾਲ ਇੱਕ ਤਾਂ ਦਾਖਲਾ ਵਧ ਗਿਆ ਦੂਸਰਾ ਬੱਚੇ ਦੁਪਹਿਰ ਦਾ ਖਾਣਾ ਖਾਣ ਅ ਮਤਲਬ ਹਾਜ਼ਰੀ 'ਚ ਸੁਧਾਰ ਹੋਇਆ ਠੀਕ ਹੈ ਜਾਤੀ ਭੇਦਭਾਵ ਕਟਿਆ ਇਹ ਦੋ ਤਿੰਨ ਪੁਆਇੰਟ ਤੁਸੀਂ ਲਿਖ ਸਕਦੇ ਹੋ ਇਹਦੇ ਵਿੱਚ ਪੜ ਕੇ ਚੌਥਾ ਡੈਸ਼ ਨੇ ਸਾਰੀਆਂ ਰਾਜ ਸਰਕਾਰਾਂ ਨੂੰ 6 ਮਹੀਨਿਆਂ ਦੇ ਅੰਦਰ-ਅੰਦਰ ਆਪਣੇ ਸਕੂਲ ਵਿੱਚ ਇਹ ਪ੍ਰੋਗਰਾਮ ਸ਼ੁਰੂ ਕਰਨ ਲਈ ਕਿਹਾ ਕੀ ਨੇ ਕਿਹਾ ਸੀ ਪੁੱਤਾਂ ਸਪਰੀਮ ਕੋਰਟ ਨੇ ਤਾਂ ਚੌਥੀ ਖਾਲੀ ਤਾਂ ਤੁਸੀਂ ਕੀ ਭਰੋਗੇ ਉਹਰੇ ਸਪਰੀਮ ਕੋਰਟ ਦੁਪਹਿਰ ਦਾ ਖਾਣਾ ਯੋਜਨਾ ਅਨੁਸਾਰ ਡੈਸ਼ ਵਿੱਚ ਬੱਚਿਆਂ ਨੂੰ ਪਕਾਇਆ ਹੋਇਆ ਦੁਪਹਿਰ ਦਾ ਖਾਣਾ ਪ੍ਰਦਾਨ ਕੀਤਾ ਜਾਂਦਾ ਸੀ ਹਾਂਜੀ ਕਿਹੜੇ ਸਕੂਲਾਂ ਚ ਪੁੱਤਾ ਐਲੀਮੈਂਟਰੀ ਸਕੂਲਾਂ ਚ ਠੀਕ ਹੈ ਐਲੀਮੈਂਟਰੀ ਸਕੂਲਾਂ ਚ ਸਹੀ ਗਲਤ ਨੇ ਸਕੂਲ ਵਿੱਚ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਉਣ ਨਾਲ ਵਿਦਿਆਰਥੀਆਂ ਦੀ ਹਾਜ਼ਰੀ ਵਿੱਚ ਸੁਧਾਰ ਨਹੀਂ ਹੋਇਆ ਸਹੀ ਹੈ ਵੀ ਨਹੀਂ ਗਲਤ ਹੈ ਸੁਧਾਰ ਹੋਇਆ ਸੀ ਇਸ ਨਾਲ ਜਾਤੀ ਭੇਦਭਾਵ ਨੂੰ ਘਟਾਉਣ ਵਿੱਚ ਮਦਦ ਹੋਈ ਇਹ ਸਹੀ ਹੈ ਬੇਟਾ ਬਿਲਕੁਲ ਇਸ ਤੋਂ ਬਾਅਦ ਤੁਹਾਡਾ ਇੱਕ ਨਕਸ਼ਾ ਵੀ ਜਿਹੜਾ ਆਪਾਂ ਭਰਨਾ ਹੈਗਾ ਪੰਜਾਬ ਤਿਰਪੁਰਾ ਪੱਛਮੀ ਬੰਗਾਲ ਲਦਾਖ ਭਪਾਲ ਲਖਸ਼ਦੀਪ ਪੋਡੂਚਰੀ ਮੁੰਬਈ ਚੰਡੀਗੜ੍ਹ ਦਿੱਲੀ ਦਮਨ ਅਫਗਾਨਿਸਤਾਨ ਭੂਟਾਨ ਨੇਪਾਲ ਬੰਗਲਾਦੇਸ਼ ਪਾਕਿਸਤਾਨ ਠੀਕ ਹੈ ਤੁਹਾਨੂੰ ਪਰਦੇ ਆ ਦੇ ਤੁਸੀਂ ਸਕਰੀਨ ਸ਼ਾਟ ਲੈ ਲਓ ਇੱਕ ਵਾਰ ਹਾਂਜੀ ਬੇਟਾ ਸਭ ਤੋਂ ਪਹਿਲਾਂ ਅਸੀਂ ਪੰਜਾਬ ਵੀ ਆਹ ਬੜਾ ਏਰੀਆ ਆਪਣੇ ਕੋਲ ਪੰਜਾਬ ਹੈ ਬੇਟਾ ਦੇਖਿਆ ਪੰਜਾਬ ਦੇ ਵਿੱਚ ਇਹਦੇ ਨਾਲ ਇੱਕ ਆਪਣੇ ਕੋਲ ਹੈ ਚੰਡੀਗੜ੍ਹ ਪਰ ਨਾ ਅਸੀਂ ਆਪਾਂ ਨੇ ਤਾਂ ਇੱਥੇ ਜੇ ਆਪਾਂ ਚੰਡੀਗੜ੍ਹ ਸ਼ੋਅ ਕਰ ਸਕਦੇ ਹਾਂਗੇ ਪੱਛਮੀ ਬੰਗਾਲ ਸੀ ਵੀ ਆਹ ਵਾਲਾ ਏਰੀਆ ਆਪਣੇ ਕੋਲ ਸਾਰਾ ਪੱਛਮੀ ਬੰਗਾਲ ਦਾ ਬੇਟਾ ਲਦਾਖ ਸੀ ਵੀ ਆਹ ਬੜਾ ਏਰੀਆ ਆਪਣੇ ਕੋਲ ਲਦਾਖ ਦਾਗਾ ਠੀਕ ਇਸ ਤੋਂ ਬਾਅਦ ਦਿੱਲੀ ਸੀ ਇੱਥੇ ਜੀ ਆਪਣੇ ਕੋਲ ਦਿੱਲੀ ਐ ਠੀਕ ਪੂਡੂਚਰੀ ਸੀ ਇਸ ਸੜਕ ਤੇ ਤੇ ਪੂਡੂਚਰੀ ਆ ਗਿਆ ਆਪਣੇ ਕੋਲ ਲਕਸ਼ਦੀਪ ਆਹ ਬੜਾ ਏਰੀਆ ਲਕਸ਼ਦੀਪ ਦਾਗਾ ਮੁੰਬਈ ਸੀ ਮਹਾਰਾਸ਼ਟਰ ਦੀ ਰਾਸਥਾਨੀ ਮੁੰਬਈ ਠੀਕ ਇਸ ਤੋਂ ਬਾਅਦ ਇਤਿਹਾਸ ਵਾਲੇ ਨਕਸ਼ੇ 'ਚ ਸੀ ਅਫਗਾਨਿਸਤਾਨ ਵੀ ਠੀਕ ਹੈ ਆਹ ਵਾਲਾ ਜਿਹੜਾ ਉੱਪਰ ਵਾਲਾ ਏਰੀਆ ਪੁੱਤ ਅਫਗਾਨਿਸਤਾਨ ਦਾ ਪਾਕਿਸਤਾਨ ਹੈ ਆ ਆਪਣੇ ਕੋਲ ਨੇਪਾਲ ਆ ਗਿਆ ਠੀਕ ਹੈ ਆਹ ਵਾਲਾ ਏਰੀਆ ਭੂਟਾਨ ਦਾ ਗਿਆ ਆਹ ਵਾਲਾ ਸਾਰਾ ਏਰੀਆ ਬੰਗਲਾਦੇਸ਼ ਦਾ ਗਿਆ ਆ ਪਾਕਿਸਤਾਨ ਆ ਗਿਆ ਆਪਣੇ ਕੋਲ ਠੀਕ ਪੰਜ ਸੀ ਇਹ ਅਫਗਾਨਿਸਤਾਨ ਅਫਗਾਨਿਸਤਾਨ ਪਾਕਿਸਤਾਨ ਨੇਪਾਲ ਭੂਟਾਨ ਤੇ ਬੰਗਲਾਦੇਸ਼ ਠੀਕ ਹਾਂਜੀ ਬੇਟਾ ਤਾਂ ਇਹ ਤੁਹਾਡਾ 7ਵੀਂ ਜਮਾਤ ਦਾ ਬੇਟਾ ਇੱਕ ਸੈਂਪਲ ਪੇਪਰ ਹੈ ਠੀਕ ਹੈ ਸਮਾਜਿਕ ਵਿਗਿਆਨ ਦਾ ਸੋਸ਼ਲ ਸਾਇੰਸ ਦਾ ਤਾਂ ਤੁਸੀਂ ਇਸੇ ਪੈਟਰਨ ਦੇ ਅਕੋਰਡਿੰਗ ਆਪਣੀ ਤਿਆਰੀ ਕਰੋ ਹੁਣ ਸਤੰਬਰ ਪੇਪਰ ਦੀ ਤਾਂ ਜੋ ਆਪਾਂ ਇਸ ਪੇਪਰ ਦੇ ਵਿੱਚੋਂ ਵਧੀਆ ਜਿਹੜੇ ਨੰਬਰ ਹੈ ਬੇਟਾ ਉਹ ਪ੍ਰਾਪਤ ਕਰ ਸਕੀਏ ਠੀਕ ਹੈ ਬੇਟਾ ਓਕੇ ਜੀ ਥੈਂਕ ਯੂ